ਕੱਲ ਦੇ ਕਈ ਚੈਨਲਾਂ ਦੇ ਉੱਤੇ ਡਾਕਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਿਹਾ, ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਨੇ, ਜਿਹੜਾ ਕਿ ਬਿਲਕੁਲ ਗਲਤ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹਦੇ ਚੋਂ ਝਲਕਦਾ ਤਾਂ ਕੁਛ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੈਂ ਉਹਦੇ ਤੇ ਸਵਾਲਾਂ 'ਚ ਨਹੀਂ ਜਾਊਂਗਾ। ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ 'ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਿਫਾਫਾ ਦਿੱਤੀ ਹੈ, ਬੰਦ ਚਿੱਠੀਆਂ ਦੇ ਲਿਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਆ। ਡੇਰਾ ਸਿਰਸਾ ਨੂੰ ਮਾਫ਼ੀ ਵੀ ਬੰਦ ਲਿਫਾਫੇ 'ਚ ਆਈ ਕਿ ਇੱਥੇ ਲਿਖ ਲਈ, ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਹੈ। ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ, ਇਹ ਬੜੇ ਵਿਵਾਦ ਹੈ ਜਿਹਦੇ ਕਿ ਅਣਸੁਲਝੇ ਪਏ ਹੈ। ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ। ਉਹਦੇ ਕਾਰਨ ਹੈ ਕਿ ਕੀ ਡੇਰਾ ਸਿਰਸਾ ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ, ਕੀ ਉਹਦੇ ਪ੍ਰਤੀ ਮਾਫ਼ੀ ਮੰਗੀ ਹੈ, ਕੀ ਜਿਹੜਾ ਡੇਰਾ ਸਿਰਸਾ ਨੂੰ ਮਾਫ਼ੀ ਦਵਾਉਣ ਲਈ ਸਾਰੇ ਜਥੇਦਾਰ ਸਾਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫ਼ੀ ਦਵਾਈ ਸੀ, ਕੀ ਉਹਦੀ ਮਾਫ਼ੀ ਮੰਗੀ ਹੈ, ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹਦਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ, ਉਲਟਾ ਕੈਂਸਲੇਸ਼ਨ ਪੇਸ਼ ਹੋ ਗਈ, ਔਰ ਕੈਂਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਐਕਸੈਪਟ ਹੋ ਗਈ, ਕਿਤੇ ਕੋਈ ਅਪੀਲ ਨਹੀਂ ਕੀਤੀ, ਬਾਕੀ ਗੱਲਾਂ ਛੱਡ ਦਿਓ। ਆਹ ਤਿੰਨ ਗੱਲਾਂ ਦੀ ਮਾਫ਼ੀ ਮੰਗੀ ਹੈ ਕਿ ਨਹੀਂ ਮੰਗੀ, ਸਾਡਾ ਤਾਂ ਸਵਾਲ ਇੰਨਾ ਹੀ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ, ਪਰ ਘੱਟੋ ਘੱਟ ਸੰਗਤਾਂ, ਪੰਥ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਤੇ ਤਖ਼ਤ ਤੇ ਦੇਣੀ ਹੈ, ਉੱਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਛ ਹੁੰਦਾ ਨਹੀਂ। ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਕਿ ਉਸ ਚਿੱਠੀ ਦੇ ਵਿੱਚ ਹੈ ਕੀ। ਕੱਲ੍ਹ ਦੇ ਕਈ ਚੈਨਲਾਂ ਦੇ ਉੱਤੇ ਡਾਕਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਿਹਾ, ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਨੇ, ਜਿਹੜਾ ਕਿ ਬਿਲਕੁਲ ਗਲਤ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹਦੇ ਚੋਂ ਝਲਕਦਾ ਤਾਂ ਕੁਛ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੈਂ ਉਹਦੇ ਤੇ ਸਵਾਲਾਂ 'ਚ ਨਹੀਂ ਜਾਊਂਗਾ। ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ 'ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਿਫਾਫਾ ਦਿੱਤੀ ਹੈ, ਬੰਦ ਚਿੱਠੀਆਂ ਦੇ ਲਿਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਆ। ਡੇਰਾ ਸਿਰਸਾ ਨੂੰ ਮਾਫ਼ੀ ਵੀ ਬੰਦ ਲਿਫਾਫੇ 'ਚ ਆਈ ਕਿ ਇੱਥੇ ਲਿਖ ਲਈ, ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਹੈ। ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ, ਇਹ ਬੜੇ ਵਿਵਾਦ ਹੈ ਜਿਹਦੇ ਕਿ ਅਣਸੁਲਝੇ ਪਏ ਹੈ। ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ। ਉਹਦੇ ਕਾਰਨ ਹੈ ਕਿ ਕੀ ਡੇਰਾ ਸਿਰਸਾ ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ, ਕੀ ਉਹਦੇ ਪ੍ਰਤੀ ਮਾਫ਼ੀ ਮੰਗੀ ਹੈ, ਕੀ ਜਿਹੜਾ ਡੇਰਾ ਸਿਰਸਾ ਨੂੰ ਮਾਫ਼ੀ ਦਵਾਉਣ ਲਈ ਸਾਰੇ ਜਥੇਦਾਰ ਸਾਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫ਼ੀ ਦਵਾਈ ਸੀ, ਕੀ ਉਹਦੀ ਮਾਫ਼ੀ ਮੰਗੀ ਹੈ, ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ ਜਿਹਦਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ, ਉਲਟਾ ਕੈਂਸਲੇਸ਼ਨ ਪੇਸ਼ ਹੋ ਗਈ, ਔਰ ਕੈਂਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਐਕਸੈਪਟ ਹੋ ਗਈ, ਕਿਤੇ ਕੋਈ ਅਪੀਲ ਨਹੀਂ ਕੀਤੀ, ਬਾਕੀ ਗੱਲਾਂ ਛੱਡ ਦਿਓ। ਆਹ ਤਿੰਨ ਗੱਲਾਂ ਦੀ ਮਾਫ਼ੀ ਮੰਗੀ ਹੈ ਕਿ ਨਹੀਂ ਮੰਗੀ, ਸਾਡਾ ਤਾਂ ਸਵਾਲ ਇੰਨਾ ਹੀ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ, ਪਰ ਘੱਟੋ ਘੱਟ ਸੰਗਤਾਂ, ਪੰਥ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਤੇ ਤਖ਼ਤ ਤੇ ਦੇਣੀ ਹੈ, ਉੱਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਛ ਹੁੰਦਾ ਨਹੀਂ। ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਕਿ ਉਸ ਚਿੱਠੀ ਦੇ ਵਿੱਚ ਹੈ ਕੀ। ਕੱਲ੍ਹ ਦੇ ਕਈ ਚੈਨਲਾਂ ਦੇ ਉੱਤੇ
ਡਾਕਟਰ ਚੀਮਾ ਦੇ ਵੱਲੋਂ ਇੱਕ ਸਵਾਲ ਖੜੇ ਕੀਤੇ ਜਾ ਰਹੇ ਹੈ, ਇੱਕ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਵਡਾਲਾ ਸਾਹਿਬ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਹੈ ਕਿ ਸ਼ਾਇਦ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ, ਜਿਹੜਾ ਕਿ ਬਿਲਕੁਲ ਗਲਤ ਏਜੰਡਾ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਇਹਦੇ ਚੋਂ ਝਲਕਦਾ ਤਾਂ ਕੁਛ ਹੋਰ ਵੀ ਹੈ ਕਿ ਇਹ ਏਜੰਡਾ ਪਹਿਲਾਂ ਕਿਉਂ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਮੈਂ ਉਹਦੇ ਤੇ ਸਵਾਲਾਂ 'ਚ ਨਹੀਂ ਜਾਊਂਗਾ। ਸਾਡਾ ਸਵਾਲ ਸਿਰਫ ਇੰਨਾ ਸੀਗਾ ਜਿਹਦੇ 'ਚ ਸਾਡਾ ਫੈਸਲਾ ਕਰਕੇ ਕਿ ਜਿਹੜਾ ਚਿੱਠੀ ਬੰਦ ਲਿਫਾਫਾ ਦਿੱਤੀ ਹੈ, ਬੰਦ ਚਿੱਠੀਆਂ ਦੇ ਲਿਫਾਫਿਆਂ ਨੇ ਪਹਿਲਾਂ ਬੜੇ ਪੰਗੇ ਪਾਏ ਆ। ਡੇਰਾ ਸਿਰਸਾ ਨੂੰ ਮਾਫ਼ੀ ਵੀ ਬੰਦ ਲਿਫਾਫੇ 'ਚ ਆਈ ਕਿ ਇੱਥੇ ਲਿਖ ਲਈ, ਇਹ ਵੀ ਬੜੀ ਵੱਡੀ ਜਾਣ ਦਾ ਵਿਸ਼ਾ ਹੈ। ਫਿਰ ਮੀਟਿੰਗਾਂ ਚੰਡੀਗੜ੍ਹ ਕੋਠੀ ਹੋਈਆਂ ਕਿ ਹੁਣ ਯੂਕੇ ਦਾ ਰੌਲਾ ਪਈ ਜਾਂਦਾ, ਇਹ ਬੜੇ ਵਿਵਾਦ ਹੈ ਜਿਹਦੇ ਕਿ ਅਣਸੁਲਝੇ ਪਏ ਹੈ। ਸਾਡੀ ਤਾਂ ਇੱਕੋ ਬੇਨਤੀ ਹੈ ਕਿ ਜਿਹੜੀ ਚਿੱਠੀ ਦਿੱਤੀ ਹੈ ਕਿਰਪਾ ਕਰਕੇ ਉਹ ਜਾਰੀ ਕੀਤੀ ਜਾਵੇ। ਉਹਦੇ ਕਾਰਨ ਹੈ ਕਿ ਕੀ ਡੇਰਾ ਸਿਰਸਾ ਦੇ ਨਾਲ ਜਿਹੜਾ ਵੋਟਾਂ ਦਾ ਸੌਦਾ ਕੀਤਾ ਸੀ, ਕੀ ਉਹਦੇ ਪ੍ਰਤੀ ਮਾਫ਼ੀ ਮੰਗੀ ਹੈ? ਕੀ ਜਿਹੜਾ ਡੇਰਾ ਸਿਰਸਾ ਨੂੰ ਮਾਫ਼ੀ ਦਿਵਾਉਣ ਲਈ ਸਾਰੇ ਜਥੇਦਾਰ ਸਾਹਿਬਾਨ ਤੇ ਪ੍ਰੈਸ਼ਰ ਪਾ ਕੇ ਮਾਫ਼ੀ ਦਵਾਈ ਸੀ, ਕੀ ਉਹਦੀ ਮਾਫ਼ੀ ਮੰਗੀ ਹੈ? ਕੀ ਜਿਹੜਾ ਪੁਸ਼ਾਕ ਵਾਲਾ ਕੇਸ ਸੀ, ਜਿਹਦਾ ਤੁਸੀਂ ਨਾ ਤਾਂ ਢੰਗ ਦਾ ਚਲਾਨ ਪੇਸ਼ ਕੀਤਾ, ਉਲਟਾ ਕੈਂਸਲੇਸ਼ਨ ਪੇਸ਼ ਹੋ ਗਈ, ਔਰ ਕੈਂਸਲੇਸ਼ਨ ਤੋਂ ਬਾਅਦ 2014 ਦੇ ਵਿੱਚ ਰਾਜ ਭਾਗ ਦੇ ਦੌਰਾਨ ਉਹ ਕੈਂਸਲੇਸ਼ਨ ਐਕਸੈਪਟ ਹੋ ਗਈ, ਕਿਤੇ ਕੋਈ ਅਪੀਲ ਨਹੀਂ ਕੀਤੀ, ਬਾਕੀ ਗੱਲਾਂ ਛੱਡ ਦਿਓ। ਆਹ ਤਿੰਨ ਗੱਲਾਂ ਦੀ ਮਾਫ਼ੀ ਮੰਗੀ ਹੈ ਕਿ ਨਹੀਂ ਮੰਗੀ, ਸਾਡਾ ਤਾਂ ਸਵਾਲ ਇੰਨਾ ਹੀ ਹੈ। ਇਸ ਕਰਕੇ ਮੇਰੀ ਬੇਨਤੀ ਹੈ, ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਾਨੂੰ ਹੁਕਮ ਆਏਗਾ ਅਸੀਂ ਸਿਰ ਮੱਥੇ ਮੰਨਾਂਗੇ, ਪਰ ਘੱਟੋ ਘੱਟ ਸੰਗਤਾਂ, ਪੰਥ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਤਾਬਿਆ 'ਚ ਜਾ ਕੇ ਜਿਹੜੀ ਚੀਜ਼ ਦੇਣੀ ਹੈ ਜਾਂ ਗੁਰੂ ਪੰਥ ਤੇ ਤਖ਼ਤ ਤੇ ਦੇਣੀ ਹੈ, ਉੱਥੇ ਮੇਰਾ ਖਿਆਲ ਲੁਕੋ ਕੇ ਦੇਣ ਵਾਲਾ ਕੁਛ ਹੁੰਦਾ ਨਹੀਂ। ਇਸ ਕਰਕੇ ਪੰਥ ਸਿਰਫ ਜਾਣਨਾ ਚਾਹੁੰਦਾ ਕਿ ਉਸ ਚਿੱਠੀ ਦੇ ਵਿੱਚ ਹੈ ਕੀ।